देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। देश च कोरोना महामारी का कहर लगातार जारी है ते दिन ब दिन यह भयानक रूप अख्तियार कर रहा है, जिसके मद्देनजर दैनिक सवेरा वालों फ्री मास्क वंडण की मुहिम चलाई गई है, जिसके तहत अज जलंधर के मिठापुर रोड से चीमा नगर चौंक विखे कोरोना महामारी की रोकथाम के लिए एक जागरूकता कैंप लगाया गया, जिथे लोगों नूं कोरोना तो बचा लई जागरूक करन दे नाल नाल फ्री मास्क भी वंडे गए। इस मौके इलाके दे कौंसलर बलराज ठाकुर ते होर मौतवार सजना वालों दैनिक सवेरा दे इस काम दी शलाघा दे नाल नाल दैनिक सवेरा टीम दा धन्नवाद भी कीता गया। उन्हां कहा कि दैनिक सवेरा समाज सेवा दे कार्जा च हमेशा मोरी रहा है ते इस महामारी दौरान भी दैनिक सवेरा ने हर तरीके नाल लोगों की मदद की है, जिस दे चलदे हुण कोरोना नूं ध्यान च रखदे होए फ्री मास्क वंडण दी सेवा शुरू की गई है। इस दौरान दैनिक सवेरा टीम वल्लों सरकार वल्लों जारी हदायतां दी पालना करन, मास्क पाउण, सोशल डिस्टेंसिंग बना के रखण ते वार-वार हाथ धोण लई लोकां नूं जागरूक किया गया। इस मौके दैनिक सवेरा दे मार्केटिंग हैड सचिन दुआ भी मौजूद सन। अज कोरोना दी महामारी जिहड़ी है बड़े भयानक रूप दे विच साडे सामने नज़र आ रही है, बहुत ज़्यादा तेजी नाल कोरोना फैल रहा और इहदे लई लोगों के अणगहली देखी जा रही है। अज दैनिक सवेरा वालों मास्क वंडण का जिहड़ा मिठापुर रोड दे विच काम किया, असी देखिया कि बहुत सारे बंदे जिहड़े बिना मास्क तो जा रहे हैं। अज भी असी लापरवाह होए हैं, इन्नी बीमारी फैलण के बावजूद सरकार नूं लॉकडाउन लाने के हालात तक जाना पै रहा, सानूं जागरूक होने की लोड़ है, क्योंकि जद जिहड़ा साडी बचाव का तरीका है वह सब तो बड़ा तरीका मास्क है, क्योंकि ये कोरोना वायरस जिहड़ा है साह दे नाल फैलता है, ਸਾਡੇ ਲੰਗਸ ਦੇ ਵਿੱਚ ਇਹ ਇਫੈਕਟ ਕਰਦਾ ਹੈ, ਸਾਡੇ ਸਰੀਰ ਨੂੰ ਇਫੈਕਟ ਕਰਦਾ ਹੈ। ਇਸ ਕਰਕੇ ਜਿਹੜਾ ਨੱਕ ਨੂੰ ਔਰ ਮੂੰਹ ਨੂੰ ਢੱਕਣਾ ਬਹੁਤ ਜ਼ਰੂਰੀ ਹੈ। ਮੈਂ ਦੈਨਿਕ ਸਵੇਰਾ ਦਾ ਬਹੁਤ ਧੰਨਵਾਦੀ ਹੈ ਕਿ ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ, ਕਿਉਂਕਿ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਇਹਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਬਿਮਾਰੀ ਤੋਂ ਬਚਾ ਸਕਦੇ ਹਾਂ। ਹੱਥਾਂ ਨੂੰ ਸੈਨੀਟਾਈਜ਼ ਕਰਨਾ, ਮਾਸਕ ਲਗਾਉਣਾ ਔਰ ਡਿਸਟੈਂਸ ਬਣਾ ਕੇ ਰੱਖਣਾ, ਇਹਨਾਂ ਦੇ ਨਾਲ ਹੀ ਅਸੀਂ ਸਫਲ ਹੋ ਸਕਦੇ ਹਾਂ। ਇਹ ਬਹੁਤ ਬੜਾ ਵਧੀਆ ਉਪਰਾਲਾ ਜਿਹੜਾ ਹੈ ਦੈਨਿਕ ਸਵੇਰਾ ਕਰ ਰਹੀ, ਮੈਂ ਇਹਨਾਂ ਨੂੰ ਇਸ ਉਪਰਾਲੇ ਵਾਸਤੇ ਧੰਨਵਾਦ ਦਿੰਦਾ। ਜਿਹੜੀ ਇਹ ਕਰੋਨਾ ਦੀ ਮਹਾਂਮਾਰੀ ਫੈਲੀ ਹੋਈ ਹੈ, ਇਹਨੂੰ ਆਪਾਂ ਆਪ ਹੀ ਕੰਟਰੋਲ ਕਰਨਾ ਅਤੇ ਆਪ ਹੀ ਵਧਾਉਣਾ ਹੈ। ਜਿਹੜਾ ਸਿਸਟਮ ਅੱਜ ਦੈਨਿਕ ਸਵੇਰਾ ਨੇ ਚਲਾਇਆ ਹੈ ਉਹ ਬਹੁਤ ਪ੍ਰਸ਼ੰਸੀ ਹੈ, ਕਿਉਂਕਿ ਜੇ ਅੱਜ ਇਹਨੂੰ ਆਪਾਂ ਤਰੀਕੇ ਨਾਲ ਕੰਟਰੋਲ ਕਰ ਲਿਆ ਤਾਂ ਜਿਹੜਾ ਆਉਣ ਵਾਲਾ ਟਾਈਮ ਹੈ ਉਹ ਆਪਾਂ ਬਚ ਜਾਵਾਂਗੇ, ਉਹ ਲੋਕਡਾਊਨ ਤੋਂ ਵੀ ਬਚ ਜਾਵਾਂਗੇ, ਦੂਜੀ ਚੀਜ਼ਾਂ ਤੋਂ ਵੀ ਬਚ ਜਾਵਾਂਗੇ। ਇਹ ਹੈ ਕਿ ਹੁਣ ਸਾਨੂੰ ਸਾਰਿਆਂ ਨੂੰ ਅਵੇਅਰਨੈਸ ਦੀ ਬਹੁਤ ਲੋੜ ਹੈ, ਬੱਚੇ ਬਜ਼ੁਰਗ ਜੇ ਉਹ ਸਾਰੇ ਇਹ ਚੀਜ਼ ਨੂੰ ਧਿਆਨ ਰੱਖਣ। ਜੇ ਆਪਾਂ ਇਸ ਚੀਜ਼ ਨੂੰ ਕੰਟਰੋਲ ਨਹੀਂ ਕੀਤਾ ਤਾਂ ਜਿਹੜਾ ਪਿਛਲੇ ਸਾਲ ਸਿਸਟਮ ਸਾਡਾ ਸ਼ੁਰੂ ਹੋਇਆ ਸੀ ਉਹ ਦੁਬਾਰਾ ਸ਼ੁਰੂ ਫਿਰ ਹੋਣ ਵਾਲਾ। ਆਪਾਂ ਕੋਸ਼ਿਸ਼ ਕਰੀਏ ਕਿ ਇਸ ਤੋਂ ਆਪਾਂ ਬਚਾਇਆ ਜਾ ਸਕੇ। ਇਹ ਬਚਾਉਣ ਲਈ ਅਸੀਂ, ਤੁਸੀਂ, ਬੱਚੇ, ਸਾਰਾ ਸਮਾਜ, ਸਾਰਾ ਹਿੰਦੁਸਤਾਨ ਰਲ ਕੇ ਜੇ ਚੀਜ਼ ਕਰੇਗਾ ਤਾਂ ਹੀ ਬਚਾਇਆ ਜਾ ਸਕਦਾ, ਅਦਰਵਾਈਜ਼ ਫਿਰ ਪੁਰਾਣਾ ਟਾਈਮ ਜਿਹੜਾ ਆ ਰਿਹਾ ਉਹ ਬੜੀ ਜਲਦੀ ਆਉਣ ਦੀ ਤਿਆਰੀ ਹੈ। ਮੈਂ ਧੰਨਵਾਦ ਕਰਦਾ ਦੈਨਿਕ ਸਵੇਰਾ ਦਾ, ਜਿਹਨੇ ਇੰਨੀ ਮਤਲਬ ਮੁਹਿੰਮਾਂ ਨਾਲ ਇੰਨੀ ਟੀਮ ਨੂੰ ਇਕੱਠਿਤ ਕਰਕੇ ਲੋਕਾਂ ਨੂੰ ਅਵੇਅਰਨੈਸ ਕੀਤੀ ਹੈ ਅਤੇ ਮਾਸਕ ਜਗ੍ਹਾ ਜਗ੍ਹਾ ਜਾ ਕੇ ਵੰਡ ਰਹੇ ਹੈ, ਬੜੀ ਵੱਡੀ ਚੀਜ਼ ਹੈ ਇਹਨਾਂ ਲਈ, ਅਤੇ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਧੰਨਵਾਦ। ਕਰੋਨਾ ਵਾਇਰਸ ਜਿਹੜਾ ਵਿਸ਼ਵ ਨੂੰ ਵੀ ਪੂਰਾ ਤਰਾਹੀਮਾਮ ਕਰ ਰਿਹਾ ਵਾ, ਬਹੁਤ ਸਾਰੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਇਹਦੀ ਅਵੇਅਰਨੈਸ ਲਈ ਲੱਗੀਆਂ ਹੋਈਆਂ ਨੇ, ਪਰ ਜਲੰਧਰ ਦੇ ਵਿੱਚ ਜੇਕਰ ਮੈਂ ਦੇਖਿਆ ਕਦੀ ਵੀ ਕੋਈ ਰਾਸ਼ਟਰੀ ਆਪਦਾ ਵੀ ਆ ਜਾਂਦੀ ਹੈ ਤਾਂ ਦੈਨਿਕ ਸਵੇਰਾ ਸਭ ਤੋਂ ਅੱਗੇ ਪੰਕਤੀਆਂ ਵਿੱਚ ਖੜਾ ਹੁੰਦਾ ਵਾ। ਸ਼ਾਇਦ ਇਸ ਦੈਨਿਕ ਸਵੇਰਾ ਦੀ ਜਿਹੜੀ ਮੈਨੇਜਮੈਂਟ ਦੀ ਟੀਮ ਹੈ ਉਹਦੇ ਖੂਨੇ 'ਚ ਹੀ ਹੈਲਪ ਕਰਨਾ ਲਿਖਿਆ ਵਾ, ਇਸ ਕਰਕੇ ਹੀ ਮੈਂ ਜਦੋਂ ਵੀ ਦੇਖਦਾ ਵਾਂ ਕਦੇ ਵੀ ਕੋਈ ਰਾਸ਼ਟਰੀ ਆਪਦਾ ਆਉਂਦੀ ਹੈ ਤਾਂ ਦੈਨਿਕ ਸਵੇਰਾ ਦੇ ਟੀਮ ਹੈ, ਚਾਹੇ ਉਹਨਾਂ ਦੇ ਮੈਂਬਰ ਨੇ ਚਾਹੇ ਉਹਨਾਂ ਦੇ ਓਨਰ ਹੈ, ਹਰ ਵੇਲੇ ਅਗਰਨੀ ਲਾਈਨ 'ਚ ਖੜ੍ਹੇ ਹੁੰਦੇ ਆ। ਅੱਜ ਵੀ ਜਿਹੜੀ ਦੈਨਿਕ ਸਵੇਰਾ ਨੇ ਇਹ ਮੁਹਿੰਮ ਚਲਾਈ ਹੈ, ਮੈਨੂੰ ਜਿਹੜਾ ਪਤਾ ਲੱਗਾ ਕਿ ਲਗਭਗ 10 ਲੱਖ ਮਾਸਕ ਵੰਡਣ ਦਾ ਇਹਨਾਂ ਨੇ ਨਿਸ਼ਚਾ ਕੀਤਾ ਵਾ। ਔਰ ਮੈਂ ਦੇਖਿਆ ਕਿ ਬਾਕੀ ਨਿਊਜ਼ ਪੇਪਰ ਦਾ 10 ਰੁਪਏ ਖਰਚ ਕੇ ਨਹੀਂ ਰਾਜੀ, ਅਤੇ 10 ਲੱਖ ਮਾਸਕ ਵੰਡਣ 'ਤੇ ਵੀ ਜ਼ਰੂਰ ਇੱਕ ਵੱਡੀ ਮਨੀ ਖਰਚ ਹੋਵੇਗੀ, ਅਤੇ ਪਲੱਸ ਆਪਣੀ ਜਿਹੜੀ ਮੈਨੇਜਮੈਂਟ ਦੀ ਟੀਮ ਨੂੰ ਵੀ ਅਵੇਅਰਨੈਸ ਲਈ 8-8, 10-10 ਬੰਦੇ ਜਾ ਰਹੇ ਆ, ਇਹ ਸਮਾਜ ਲਈ ਬੜੀ ਸ਼ਲਾਘਾਯੋਗ ਗੱਲ ਹੈ, ਅਤੇ ਮੈਂ ਆਸ ਕਰਦਾ ਵਾਂ ਇਸੇ ਤਰ੍ਹਾਂ ਇਹ ਸਮਾਜ ਨੂੰ ਆਪਣੀ ਮਦਦ ਦਿੰਦੇ ਰਹਿਣਗੇ ਅਤੇ ਦੈਨਿਕ ਸਵੇਰਾ ਦਿਨ ਦੁੱਗਣੀ ਅਤੇ ਰਾਤ ਚੁੱਗਣੀ ਤਰੱਕੀ ਕਰੇ। ਧੰਨਵਾਦ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374-9647 पंडित राधे शर्मा चमत्कार हुंदे वेखो अपनी अखां दे सामने 24 घंटे विच पाओ हर परेशानी दा हल मुसलमानी रूहानी ते काले इलम दे बादशाह मेरे कीते नूं मेरे तो इलावा कोई कट नहीं सकदा मोड़ी वशीकरण करवाओ मनचाहा प्यार पाओ लव मैरिज सौतन दुश्मन तो छुटकारा तलाक केस जमीनी झगड़ा नौकरी कारोबार च रुकावट विदेश यात्रा लॉटरी तो तुहानूं मिलेगा जां नहीं सच्चाई जानो लॉटरी नंबर पाओ 649 होवे जां लोटोमैक्स तुहाडी हर गल 100% गुप्त रखी जावेगी प्यार विच धोखा खाए प्रेमी प्रेमिका एक बार जरूर मिलो मैं तुहाडा प्यार टुटण नहीं देवांगा मोबाइल 98 788 0 45 85 588 38 617